ਕਰਮ ਸਤਿਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ, ਅੱਜ ਇਸ ਪਵਿੱਤਰ ਪਾਵਨ ਸਥਾਨ ਜਿੱਥੇ ਸ਼੍ਰੀਮਾਨ ਸੰਤ ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਸੰਤ ਬਾਬਾ ਪਾਲਾ ਸਿੰਘ ਜੀ ਮਹਾਰਾਜ ਜੀ ਦਾ ਮਹਾਨ ਤਪੱਸਿਆ ਅਸਥਾਨ ਹੈ, ਜਿੱਥੇ ਉਹਨਾਂ ਨੇ ਆਪਣਾ ਸਾਰਾ ਤਨ ਮਨ ਧਨ ਲਾਇਆ। ਅਖੀਰ 'ਤੇ ਅਗੀਠਾ ਸਾਹਿਬ ਵੀ ਇੱਥੇ ਬਣਿਆ। ਹੁਣੇ ਤੁਸੀਂ ਸੁਣ ਰਹੇ ਸੀ, ਜਥੇਦਾਰ ਜੀ ਦੱਸ ਰਹੇ ਸਨ ਕਿ ਇਹ ਜਗ੍ਹਾ ਸ਼੍ਰੋਮਣੀ ਕਮੇਟੀ ਦੇ ਨਾਮ ਸੀ। ਬਹੁਤ ਵੱਡੀ ਸ਼੍ਰੋਮਣੀ ਸਿਰਮੌਰ ਸੰਸਥਾ ਹੈ, ਜੋ ਡੈਮੋਕ੍ਰੇਟਿਕ ਸਿਸਟਮ ਦੇ ਨਾਲ ਚੱਲਦੀ ਹੈ। ਅਤੇ ਕਿੱਡਾ ਵੱਡਾ ਉਪਰਾਲਾ ਉਸ ਸਥਾਨ ਦੇ ਨਾਂ ਇਹ ਜਗ੍ਹਾ ਦਾ ਹੋਣਾ, ਕਿੱਡਾ ਵੱਡਾ ਕ੍ਰਿਸ਼ਮਾ, ਅੱਜ ਅਸੀਂ ਪਹਿਲੀ ਵਾਰ ਸੁਣਿਆ ਹੈ। ਕਿ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਦਾ ਇਹ ਪ੍ਰੋਸੀਜਰ ਸੀ, ਕਿੰਨੀ ਪ੍ਰਕਿਰਿਆ 'ਚ ਨੂੰ ਲੰਘਣਾ ਪਿਆ। ਫਿਰ ਇਹ ਵੀ ਦੱਸਿਆ ਕਿ ਇਸੇ ਨਗਰ ਦੇ ਇਹ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਹਰਵਿੰਦਰ ਸਿੰਘ ਜੀ ਮਹਾਰਾਜ, ਫਿਰ ਕਿੱਡੀ ਕਿ ਕੋਈ ਨਗਰ ਦੇ ਦਾ ਕਿਸੇ ਦਾ ਕੋਈ ਕਿੰਤੂ ਪਰੰਤੂ ਨਹੀਂ। ਨਹੀਂ ਤਾਂ ਦੇਖਿਆ ਇਤਿਹਾਸ ਦੇ ਵਿੱਚ ਦੋ ਮਹਾਂਪੁਰਸ਼, ਇੱਕ ਸੰਤ ਮਸਤੂਆਣੇ ਵਾਲੇ, ਇੱਕ ਮਹਾਰਾਜ ਜੀ ਰਤਵਾੜਾ ਸਾਹਿਬ ਵਾਲੇ, ਇਹਨਾਂ ਦੇ ਨਗਰਾਂ ਵਾਲਿਆਂ ਨੇ ਬਹੁਤ ਸਤਿਕਾਰ ਦਿੱਤਾ। ਅਤੇ ਇਤਿਹਾਸ ਦੇ ਵਿੱਚ ਜੇ ਬਨਾਰਸ ਦੇ ਵਿੱਚ ਸੰਸਕ੍ਰਿਤ ਕਾਲਜ ਦਾ ਸ਼ਿਲਾਨਿਆਸ ਰੱਖਿਆ, ਮਸਤੂਆਣੇ ਵਾਲੇ ਮਹਾਂਪੁਰਸ਼ਾਂ ਨੇ ਰੱਖਿਆ, ਅੱਜ ਉਹ ਹਿੰਦੂ ਯੂਨੀਵਰਸਿਟੀ ਬਣ ਗਈ। ਅਤੇ ਦੂਜਾ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਮੈਡੀਕਲ ਕਾਲਜ ਦਾ ਸ਼ਿਲਾਨਿਆਸ ਦੇਹਰਾਦੂਨ ਜੌਲੀ ਗ੍ਰਾਂਟ ਹਰਿਦੁਆਰ ਰੱਖਿਆ, ਉਹ ਮੈਡੀਕਲ ਯੂਨੀਵਰਸਿਟੀ ਬਣ ਗਈ। ਦੇਖਿਆ ਹੈ ਕਿ ਦੋ ਮਹਾਂਪੁਰਸ਼ਾਂ ਦਾ ਤਾਂ ਸੁਣਿਆ ਕਿ ਨਗਰ ਵਾਲੇ ਇੰਨਾ ਸਤਿਕਾਰ ਕਰਦੇ ਰਹੇ, ਸਾਰੇ ਸਮਾਜ, ਹਿੰਦੂ ਸਮਾਜ, ਮੁਸਲਮਾਨ ਸਾਰੇ, ਕਿਉਂਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ। ਇੱਥੇ ਅੱਜ ਅਸੀਂ ਪਹਿਲੀ ਵਾਰ ਬਾਬਾ ਜਸਵਿੰਦਰ ਸਿੰਘ ਜੀ ਘੋਲਾ ਜੀ ਦੀ ਪ੍ਰੇਰਨਾ ਦੇ ਨਾਲ ਆਏ, ਸੰਤ ਮਹਾਰਾਜ ਧੂਰਕੋਟ ਵਾਲਿਆਂ ਦੇ ਨਾਲ ਪਿਆਰ ਹੈ, ਇਹ ਮਹਾਂਪੁਰਸ਼ ਤਾਂ ਰਤਵਾੜਾ ਸਾਹਿਬ ਜਾਂਦੇ ਰਹੇ, ਉਹ ਵੀ ਪਹਿਲੀ ਵਾਰ ਇਹਨਾਂ ਨੂੰ ਲੈ ਕੇ ਗਏ ਸਨ। ਬਹੁਤ ਪਿਆਰੀ ਮੂਰਤ ਹੈ ਅਤੇ ਕਿੰਨਾ ਪਿਆਰ ਫਿਰ ਨਗਰ ਵਾਲਿਆਂ ਦਾ ਹੈ। ਨਹੀਂ ਤਾਂ ਤੁਲਸੀ ਤਾਹਾਂ ਨਾ ਜਾਈਏ, ਜਾਹਾਂ ਆਪਣਾ ਧਾਮ, ਗੁਣ ਔਗਣ ਜਾਣਤ ਨਹੀਂ ਲੇਤ ਪੁਰਾਣਾ ਨਾਮ। ਨਗਰ ਵਾਲੇ ਨਹੀਂ ਕਿੱਥੇ ਮੰਨਦੇ ਹਨ। ਸੋ ਬਹੁਤ ਵੱਡੀ ਇਹ ਕਿਰਪਾ ਹੈ ਤਾਂ ਮਹਾਂਪੁਰਸ਼ਾਂ ਦੀ, ਕਿਉਂਕਿ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ, ਜਿਨ੍ਹਾਂ ਦਾ ਇਹ ਅਸਥਾਨ ਹੈ ਉਹਨਾਂ ਮਹਾਂਪੁਰਸ਼ਾਂ ਦੀ ਇਹ ਪ੍ਰੇਰਣਾ ਹੋਈ। ਨਹੀਂ ਤਾਂ ਐਡੀ ਵੱਡੀ ਸੰਸਥਾ ਦੇ ਨਾਮ ਤੋਂ ਟ੍ਰਾਂਸਫਰ ਹੋਣਾ ਬਹੁਤ ਮੁਸ਼ਕਲ ਹੁੰਦਾ ਹੈ। ਸੋ ਜਿੱਥੇ ਜਥੇਦਾਰ ਜੀ ਧੰਤਾ ਦੇ ਯੋਗ ਹਨ, ਉੱਥੇ ਮਹਾਂਪੁਰਖਾਂ ਦੀ ਕਮਾਈ ਪ੍ਰਗਟ ਹੁੰਦੀ ਹੈ। ਨਹੀਂ ਤਾਂ ਦੇਖੋ ਜਿੰਨੇ ਸਥਾਨ ਕਾਰ ਸੇਵਾ ਚੱਲਦੀ ਹੈ, ਉਹ ਸਥਾਨ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੇ ਜਾਂਦੇ ਨੇ। ਫਿਰ ਇੱਥੇ ਉਲਟਾ ਹੋਇਆ, ਸ਼੍ਰੋਮਣੀ ਕਮੇਟੀ ਦੀ ਜਗ੍ਹਾ ਮਹਾਂਪੁਰਸ਼ਾਂ ਦੇ ਨਾਮ ਉੱਪਰ ਹੋਣੀ ਇੱਕ ਬਹੁਤ ਵੱਡੀ ਇਤਿਹਾਸਕ ਘਟਨਾ ਹੈ। ਸੋ ਇਸ ਤੋਂ ਪ੍ਰੇਰਣਾ ਮਿਲਦੀ ਹੈ ਕਿ ਜਿਵੇਂ ਇਹਨਾਂ ਦੇ ਵਿੱਚ ਨਿਮਰਤਾ ਹੈ ਸ਼੍ਰੀਮਾਨ ਸੰਤ ਬਾਬਾ ਹਰਿੰਦਰ ਸਿੰਘ ਜੀ ਅੰਦਰ, ਐਸਾ ਗੁਣ ਇਹ ਧਾਰਨ ਕਰੀਏ ਤਾਂ ਜੋ ਉਹਦੇ ਨਾਲ ਜਿਹੜੀ ਗਰੀਬੀ ਗਦਾ ਹਮਾਰੀ, ਇਹਦੇ ਨਾਲ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਸੋ ਉਹਨਾਂ ਮਹਾਂਪੁਰਸ਼ਾਂ ਦੀ ਯਾਦ, ਕਿਉਂਕਿ ਇਹਨਾਂ ਨੇ ਆਪਣੇ ਮੁਰਸ਼ਦ ਦੀ ਯਾਦ ਦੇ ਵਿੱਚ ਇਹ ਸੱਤ ਰੋਜ਼ਾ ਸਮਾਗਮ ਰੱਖੇ, ਜਿਨ੍ਹਾਂ ਦੇ ਵਿੱਚ ਕਿੰਨੇ ਮਹਾਂਪੁਰਸ਼ਾਂ ਦੇ ਇੱਥੇ ਦਰਸ਼ਨ ਹੋਏ। ਨਹੀਂ ਤਾਂ ਦਰਸ਼ਨ ਕਰਨ ਜਾਈਏ, ਪੂਰਵ ਕਰਮ ਅੰਕਰ ਜਬ ਪ੍ਰਗਟੇ,
ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਬੜੇ ਔਖੇ ਦਰਸ਼ਨ ਹੁੰਦੇ ਨੇ। ਸੋ ਹੁਣ ਦੇਖੋ ਸ਼੍ਰੀਮਾਨ ਸੰਤ ਬਾਬਾ ਰਜਨੀਸ਼ ਸਿੰਘ ਜੀ, ਜਿਨ੍ਹਾਂ ਨੇ ਤੁਹਾਨੂੰ ਹੁਣ ਨਿਹਾਲ ਕਰਨਾ ਹੈ, ਬਾਬਾ ਧਰਮਪਾਲ ਸਿੰਘ ਜੀ, ਵੈਦ ਜੀ, ਨਿਰਮਲਿਆਂ ਦੀ ਮੰਡਲੀ, ਕਿੰਨੇ ਮਹਾਤਮਾ ਜਿਨ੍ਹਾਂ ਦੇ ਇੱਥੇ ਦੀਦਾਰ ਹੋਏ। ਸੋ ਇਹ ਬਹੁਤ ਵੱਡੀ ਗੱਲ ਹੈ। ਬਾਬਾ ਧਰਮਪਾਲ ਸਿੰਘ ਜੀ ਵੀ ਉਸੇ ਨਗਰ ਦੇ ਨੇ, ਧਮੋਟ ਦੇ, ਜਿਹੜਾ ਰਤਵਾੜਾ ਸਾਹਿਬ ਵਾਲਿਆਂ ਦੀ ਮਾਤ ਭੂਮੀ ਹੋਈ ਹੈ। ਨਗਰ ਵਾਲਿਆਂ ਨੇ ਬਹੁਤ ਸਤਿਕਾਰ ਦਿੱਤਾ। ਮਹਾਂਪੁਰਸ਼ਾਂ ਨੇ ਆਪਣੀ ਨਿੱਜ ਕਮਾਈ, ਗ੍ਰਿਸਤ 'ਚ ਨਹੀਂ ਲੱਗਦੀ ਨਹੀਂ, ਤਨ ਮਨ ਧਨ ਸਾਰਾ ਹੀ ਲਾ ਦਿੱਤਾ। ਉੱਥੇ ਹਸਪਤਾਲ ਬਣਾਇਆ ਪਿਆਰ ਦੇ ਵਿੱਚ, ਨਗਰ ਵਾਲਿਆਂ ਨੇ ਵੀ ਸਤਿਕਾਰ ਦਿੱਤਾ। ਸੋ ਅੱਜ ਇੱਥੇ ਆ ਕੇ ਸਾਨੂੰ ਵੀ ਸੇਧ ਮਿਲੀ ਹੈ ਕਿ ਸਾਡਾ ਵੀ ਜੀਵਨ ਇਹ ਪਰਉਪਕਾਰੀ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਹਰਿੰਦਰ ਸਿੰਘ ਜੀ ਮਹਾਰਾਜ ਵਰਗਾ ਹੋਵੇ। ਕਿੰਨੀ ਨਿਮਰਤਾ, ਇਸੇ ਨਗਰ ਦੇ ਬਚਪਨ ਤੋਂ ਹੀ ਇਸ ਪਾਸੇ ਲੱਗੇ, ਫਿਰ ਉਹਨਾਂ ਮਹਾਂਪੁਰਸ਼ਾਂ ਦਾ ਹੀ ਰੂਪ ਬਣ ਗਏ। ਕਿੱਡੀ ਸ਼ਕਤੀ ਵਰਤ ਰਹੀ ਹੈ। ਇਹ ਤਾਂ ਇੱਕ ਇਤਿਹਾਸਕ ਘਟਨਾ ਹੈ, ਇਹ ਤੋਂ ਅੱਗੇ ਹੋਰ ਵੀ ਮਿਲਣਗੀਆਂ ਐਸੀਆਂ ਘਟਨਾਵਾਂ, ਕਿਉਂਕਿ ਇੱਕ ਮਿਸਾਲ ਬਣ ਜਾਂਦੀ ਹੈ, ਲੀਕ ਦੇ ਫਕੀਰ ਹੁੰਦੇ ਨੇ। ਸੋ ਇਸ ਕਰਕੇ ਐਸੇ ਮਹਾਂਪੁਰਸ਼ਾਂ ਦੀ ਸੋਭਤ ਦਾ, ਸੰਗਤ ਦਾ ਇਸ ਪੂਰਾ ਆਪਾਂ ਲਾਹਾ ਪ੍ਰਾਪਤ ਕਰੀਏ। ਸੋ ਅਸੀਂ ਤਾਂ ਦਰਸ਼ਨ ਕਰਨ ਆਏ ਸੀ, ਕਈ ਵਾਰੀ ਸੋਚਿਆ ਸੀ ਕਿ ਮਹਾਂਪੁਰਸ਼ਾਂ ਦੇ ਦਰਸ਼ਨ ਤਾਂ ਇੱਥੇ ਬਦਨੀ ਕਲਾਂ ਵੀ ਹੁੰਦੇ ਰਹੇ, ਉੱਧਰ ਸਮਾਗਮਾਂ 'ਤੇ ਵੀ ਹੁੰਦੇ ਰਹੇ। ਆਪ ਜੀ ਨੇ ਰਤਵਾੜਾ ਸਾਹਿਬ ਜਾ ਕੇ ਵੀ ਦਰਸ਼ਨ ਦਿੱਤੇ, ਪਰ ਅੱਜ ਅਸੀਂ ਇੱਥੇ ਇਸ ਭੂਮੀ 'ਤੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ। ਸੋ ਇੰਨੀਆਂ ਬੇਨਤੀਆਂ ਨੂੰ ਬਹੁਤੀਆਂ ਜਾਣਦਿਆਂ ਹੋਇਆਂ, ਇਹ ਸ਼ਰਧਾ ਦੇ ਫੁੱਲ ਜਿਹੜੇ ਨੇ ਆਪ ਜੀ ਦੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਭੇਟ ਕੀਤੇ, ਪ੍ਰਵਾਨ ਕਰਨੇ, ਬਹੁਤ ਵੱਡੀ ਗੱਲ ਹੈ। ਰਾਤ ਵੀ ਸੰਤ ਧੂਰਕੋਟ ਵਾਲਿਆਂ ਨਾਲ ਵਾਰਤਾ ਹੋਈ, ਇਹ ਕਹਿਣ ਲੱਗੇ ਕਿ ਅਸੀਂ ਉੱਥੇ ਜਾਣਾ ਹੈ ਸ਼੍ਰੀਮਾਨ ਸੰਤ ਬਾਬਾ ਹਰਵਿੰਦਰ ਸਿੰਘ ਜੀ ਕੋਲ, ਭਾਵੇਂ ਕਿ ਇਹਨਾਂ ਦੀ ਨਗਰੀ ਜਿੱਥੇ ਇਹਨਾਂ ਨੇ ਭਾਗ ਲਾਏ ਨੇ ਮੋਹਾਲੀ, ਉੱਥੇ ਰਾਤ ਦੇ ਸਤਸੰਗ ਚੱਲ ਰਹੇ ਸਨ। ਫਿਰ ਮੈਨੂੰ ਵੀ, ਮੈਂ ਵੀ ਫਿਰ ਸੀਸ ਝੁਕਾਇਆ ਕਿ ਜ਼ਰੂਰੀ ਹੈ, ਉੱਥੇ ਤਾਂ ਸਮਾਗਮ ਚੱਲਦੇ ਹੀ ਰਹਿਣੇ ਨੇ, ਕਿ ਜ਼ਰੂਰ ਉੱਥੇ ਹਾਜ਼ਰੀ ਭਰੀਏ। ਸੋ ਕੀਰਤਨ ਦੇ ਧਨੀ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲੇ, ਉਹ ਵੀ ਗੁਰੂ ਦਰਬਾਰ ਦੇ ਵਿੱਚ ਨਤਮਸਤਕ ਹੋਏ ਨੇ। ਸੋ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ, ਇੰਨੀ ਕੁ ਬੇਨਤੀ ਪ੍ਰਵਾਨ ਕਰੋ। ਮਹਾਂਪੁਰਸ਼ਾਂ ਦਾ ਫਿਰ ਰੋਮ ਰੋਮ ਰਿਣੀ ਹੈ, ਜਿਨ੍ਹਾਂ ਦੇ ਇਸ ਪਾਵਨ ਅਸਥਾਨ ਦੇ ਦਰਸ਼ਨ ਹੋਏ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।